ਲੱਗੀ ਗੋਰਾ ਨੀਕੋ ਹੱਟ ਤੋਂ ਦਬਾਉ ਚੁੰਨੀ ਪੱਗ ਨਾਲ ਦੀ ਜੱਟ ਤਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਗੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਗੀ ਐਰ ਗੈਰ ਤੇਰਾ ਨਾ ਕੋਈ ਰਾਹ ਕੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਗੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟਦਾ। ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣਿਆਂ ਨੂੰ, ਮੈਂ ਤੁਹਾਡਾ ਆਪਣਾ ਪਰਮੇਸ਼ਰ ਮਾਨ ਨਾਲ ਹੈ ਮੇਰੇ ਵੀਰਾ ਗੁਰਜੈਜ਼, ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਸਵੇਰ ਦੇ ਤੁਸੀਂ ਗਾਣੇ ਨੂੰ ਇੰਨਾ ਸ਼ੇਅਰ ਕਰ ਰਹੇ ਹੋ, ਇੰਨੇ ਕਮੈਂਟ ਕਰ ਰਹੇ ਹੋ, ਇੰਸਟਾਗ੍ਰਾਮ 'ਤੇ ਟੈਗਿੰਗ ਕਰੀ ਜਾਂਦੇ ਹੋ, ਤੇ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ। ਤੇ ਗੁਰਜੈਜ਼ ਕਿਵੇਂ ਫੀਲ ਹੋ ਰਿਹਾ, ਗਾਣਾ ਆ ਗਿਆ ਭਰਾਵਾ? ਵਧੀਆ ਫੀਲ ਹੋ ਰਿਹਾ, ਬਹੁਤ ਮਿਹਨਤ ਕਰੀ ਸੀ ਆਹ ਟਰੈਕ ਨੂੰ ਲੈ ਕੇ ਸਾਰੀ ਟੀਮ ਨੇ, ਸਿੰਮੇ ਨੇ ਲਿਖਿਆ, ਕੇ ਵੀ ਬਾਈ ਨੇ ਮਿਊਜ਼ਿਕ ਕੀਤਾ, ਮੈਂ ਗਾਇਆ, ਪਰਮੇਸ਼ ਬਾਈ ਜੀ ਨੇ ਵੀਡੀਓ ਬਹੁਤ ਜ਼ਿਆਦਾ ਸੋਹਣਾ ਬਣਾਇਆ, ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਸਾਰਿਆਂ ਦਾ ਬਹੁਤ ਜ਼ਿਆਦਾ ਕੰਪਲੀਮੈਂਟ ਸਾਰੇ ਨੇ ਵੀਡੀਓ ਦੇ ਲਈ, ਯੂਟਿਊਬ ਦੇ ਨੀਚੇ ਵੀ ਜਿੰਨੇ ਜ਼ਿਆਦਾ ਕਮੈਂਟ ਸਾਰੇ ਨੇ, ਸਾਰੀ ਪੋਜ਼ਿਟਿਵ ਕਮੈਂਟਸ ਨੇ ਸਾਰੇ ਹਰੇਕ ਚੀਜ਼ ਨੂੰ ਲੈ ਕੇ, ਸੋ ਬਹੁਤ ਵਧੀਆ। ਪਹਿਲਾਂ ਸਾਨੂੰ ਤੇ ਗੁਰਜੈਜ਼ ਨੂੰ ਥੋੜਾ ਐ ਸੀਗਾ ਕਿ ਯਾਰ ਮੁੰਡਾ ਜੱਟਦਾ, ਲੋਕ ਐ ਨਾ ਕਹਿਣਗੇ ਅਸੀਂ ਮੁੰਡੇ ਦੀ ਗੱਲ ਕੀਤੀ ਆ, ਪਰ ਇਹੋ ਜਿਹੀ ਕੋਈ ਗੱਲ ਨਹੀਂ, ਸਾਰੇ ਇਹ ਸੁਭਾਵਕ ਜੀ ਲਾਈਨ ਸੀ, ਸੁਭਾਵਕ ਜਿਹਾ ਗਾਣਾ ਸਾਰੇ ਜਾਣਿਆਂ ਨੇ ਉਹਨੂੰ ਪੋਜ਼ਿਟਿਵਲੀ ਲਿਆ, ਤੇ ਸਿੰਮਾ ਵੀਰਾ ਜਿਨ੍ਹਾਂ ਨੇ ਗਾਣਾ ਲਿਖਿਆ, ਵੀਰ ਨੇ ਪਹਿਲਾਂ ਹੀ ਗਾਣਾ ਭਰੂਣ ਹੱਤਿਆ ਵੀ ਗਾਣਾ ਲਿਖਿਆ ਸੀਗਾ ਕੁੜੀਆਂ ਦੇ ਲਈ, ਸੋ ਬੜਾ ਸੰਜੀਦਾ ਬੰਦਾ ਸਾਡਾ ਲਿਰਿਸਿਸਟ ਵੀ, ਬੜਾ ਕਮਾਲ ਦੇ ਗਾਣੇ ਤੇ ਮੈਂ ਜਦੋਂ ਪਰਸਨਲੀ ਮੇਰਾ ਐਕਸਪੀਰੀਅੰਸ ਰਿਹਾ, ਮੈਂ ਇਹ ਗੱਲ ਕਦੇ ਨਹੀਂ ਕਹੀ ਹੈਗੀ, ਸੋ ਤੁਸੀਂ ਇਹ ਗੱਲ ਤੇ ਕੀ ਕਹਿੰਦੇ ਨੇ ਮੇਰੀ ਗੱਲ ਨੂੰ ਮਾਰਕ ਕਰ ਸਕਦੇ ਹੋ, ਮੈਂ ਬਹੁਤ ਰੇਅਰਲੀ ਕਹਿੰਦਾ ਕਿ ਇਹ ਗਾਣਾ ਮੇਰਾ ਫੇਵਰੇਟ ਗਾਣਾ, ਕਿਉਂਕਿ ਮੇਰੇ ਲਈ ਸਾਰੇ ਗਾਣੇ ਇਕੁਅਲੀ ਕੀ ਕਹਿੰਦੇ ਨੇ ਇੰਪੋਰਟੈਂਟ ਹੁੰਦੇ ਨੇ, ਸਾਰੇ ਗਾਣਿਆਂ ਤੇ ਉਨੀ ਹੀ ਮਿਹਨਤ ਲੱਗਦੀ ਹੈ ਗਾਣੇ ਨੂੰ ਬਣਾਉਣ ਦੇ ਵਿੱਚ, ਪਰ ਮੁੰਡਾ ਜੱਟ ਦਾ ਗਾਣਾ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਵਨ ਆਫ ਮਾਈ ਫੇਵਰੇਟ ਆਡੀਓਜ਼, ਮੈਂ ਉਹ ਗਾਣੇ ਨੂੰ ਇੰਨੇ ਇੰਜੋਏ ਕਰਦਾ, ਇੰਨਾ ਸੁਣਦਾ, ਈਵਨ ਜਦੋਂ ਅਸੀਂ ਗਾਣੇ ਨੂੰ ਸ਼ੂਟ ਵੀ ਕਰ ਰਹੇ ਸੀਗੇ ਤੇ ਗੁਰਜੈਜ਼ ਸਿੰਕ ਦੇ ਰਿਹਾ ਸੀਗਾ, ਸਾਨੂੰ ਇਨਫ ਸਿੰਕ ਮਿਲ ਗਏ, ਮੈਂ ਫਿਰ ਵੀ ਕਿਹਾ ਮੈਂ ਯਾਰ ਬਹੁਤ ਸੋਹਣੇ ਸਿੰਕ ਦੇ ਰਿਹਾ, ਦੋ ਵਾਰੀ ਹੋਰ ਤੇ ਉਹ ਤਿੰਨ ਵਾਰੀ ਹੋਰ, ਤੇ ਰਾਤ ਨੂੰ ਸਵਾਦ ਆ ਰਿਹਾ ਸੀ, ਸਵਾਦ ਲੈਣ ਦੇ ਚੱਕਰ ਸਾਡੇ 3-4 ਘੰਟੇ ਘੰਟੇ ਸਿੰਕਾਂ ਨੀ ਲੱਗ, ਯਾਦ ਇੱਕ ਰਾਤੀ ਵੀ ਤੇਰੇ ਸਿੰਕ ਲਏ ਸੀਗੇ ਘਰ ਦੇ ਮੂਹਰੇ ਚਿੱਟੇ ਕੁੜਤੇ ਜਾਮੇ ਜੋ, ਲਾਏ ਹੀ ਨੀ, ਸਾਡੇ ਕੋਲੇ ਫੁਟੇਜ ਪਈ ਹੈ, ਪਰ ਬਹੁਤ ਸੋਹਣਾ ਸਾਡਾ ਸ਼ੂਟ ਡਨ ਹੋ ਗਿਆ ਸੀ ਬਾਈ, ਕਹਿੰਦੇ ਵੀ ਜੇ ਹਜੇ ਪਿਆ ਆਪਣੇ ਕੋਲ, ਸਾਡੇ ਕੋਲ ਸਨਲਾਈਟ ਹੈਗੀ ਹੈ, ਤੂੰ ਸਿੰਕ ਦੇ ਥੋੜੇ ਜੇ, ਉਹ ਫਿਰ ਉਦੋਂ ਵੀ ਸਿੰਕ ਕਰ ਰਾਤ ਦੇ 2 ਘੰਟੇ ਪਰ ਲਾਇਆ ਕਿਤੇ ਵੀ ਨਹੀਂ ਹੋ, ਚਿੱਟੇ ਕੁੜਤੇ ਪਿਆ ਮਿਲ ਸੀ, ਇੰਜੋਏ ਬਹੁਤ ਕੀਤਾ ਸੀ ਸਿੰਕ ਸੁਣ ਕੇ, ਤੇ ਜਿੰਨੇ ਸਵਾਦ ਨਾਲ ਅਸੀਂ ਗਾਣਾ ਤਿਆਰ ਕੀਤਾ ਸਾਨੂੰ ਖੁਸ਼ੀ ਆ, ਉਨਾ ਹੀ ਸਵਾਦ ਤੁਸੀਂ ਲੈ ਰਹੇ ਹੋ ਗਾਣਾ ਸੁਣ ਕੇ, ਤੁਸੀਂ ਇੰਜੋਏ ਕਰ ਰਹੇ ਹੋ, ਤੇ ਇੰਸਟਾਗ੍ਰਾਮ ਦੇ ਉੱਤੇ, ਸਨੈਪਚੈਟ ਦੇ ਉੱਤੇ ਖਾਸ ਕਰਕੇ, ਸਨੈਪਚੈਟ ਤੇ ਬਹੁਤ ਕੁੜੀਆਂ ਮੁੰਡੇ ਉਹਦੀਆਂ ਉਹ ਪਾ ਰਹੇ ਨੇ ਕੀ ਕਹਿੰਦੇ ਨੇ ਉਹਦੇ ਸਨੈਪਚੈਟਸ, ਥੈਂਕ ਯੂ ਸੋ ਮੱਚ, ਧੰਨਵਾਦ ਤੁਹਾਡਾ ਸਾਰਿਆਂ ਦਾ, ਇੰਨੇ ਜ਼ਿਆਦਾ ਪਿਆਰ ਦੇਣ ਲਈ, ਨੀਚੇ ਜਿੰਨੇ ਵੀ ਕਮੈਂਟ ਸਾਰੇ ਨੇ ਸਾਰੇ ਜਾਣਿਆਂ ਨੂੰ, ਉਹ ਬਹੁਤ ਜ਼ਿਆਦਾ ਕਮੈਂਟ ਆ ਗਏ, ਕਿਸੇ ਦਾ ਰਿਪਲਾਈ ਨਹੀਂ ਕਰ ਸਕੇ ਜੀ, ਤੇ ਬਹੁਤ ਦੇਰ ਬਾਅਦ ਲਾਈਵ ਹੋਈ। ਇੱਕ ਤੁਹਾਨੂੰ ਹੋਰ ਗੱਲ ਕਹਿਦਾ ਜੀ, ਮੈਂ ਕਿਹਾ ਸੀਗਾ ਕਿ ਮੰਡੇ ਟਿਊਜ਼ਡੇ ਵਿੱਚ ਇੱਕ ਪੋਸਟ ਪਾਇਆ ਕਰਾਂਗੇ ਕਨੈਕਟ ਵਿਦ ਪਰਮੀਸ਼ ਵਰਮਾ ਦੀ, ਇਹ ਬਸ ਛੋਟੀ ਜਿਹੀ ਗੱਲ ਹੈ ਕਿ ਇਹ ਪੋਸਟ ਨੂੰ ਪਲੀਜ਼ ਕਨੈਕਟ ਵਿਦ ਪਰਮੀਸ਼ ਵਰਮਾ ਵਾਲੀ ਪੋਸਟ ਗਿਣੋ, ਤੇ ਜਿੰਨੇ ਵੀ ਨੀਚੇ ਮਿਊਜ਼ਿਕ ਡਾਇਰੈਕਟਰਸ ਲਿਰਿਸਿਸਟ ਸਿੰਗਰਸ ਹੈਗੇ ਨੇ ਆਪਸ ਕਨੈਕਟ ਕਰਨਾ ਚਾਹੁੰਦੇ ਨੇ, ਪਲੀਜ਼ ਕਰਿਓ ਜੀ ਆਪਸ, ਤੇ ਮੈਨੂੰ 1-2 ਜਾਣਿਆਂ ਦੇ ਮੈਸੇਜਸ ਵੀ ਆਏ ਨੇ ਕਿ 2 ਮੇਰੇ ਖਿਆਲ ਨਾਲ ਕੀ ਕਹਿੰਦੇ ਨੇ ਉਹ ਟੀਮਸ ਬਣ ਗਈਆਂ ਨੇ, ਜਿਹਦੇ ਵਿੱਚ ਇੱਕ ਟੀਮ ਮੇਰੇ ਖਿਆਲ ਨਾਲ ਹੈਗੀ ਹੈ, ਮੁੰਡਾ ਆਪਣਾ ਇੰਡੀਆ ਦਾ ਹੀ ਆ, ਸਿੰਗਰ ਹੈਗਾ ਫਰਾਂਸ ਦਾ ਤੇ ਇੰਡੀਆ ਦਾ ਹੀ ਕੀ ਕਹਿੰਦੇ ਨੇ ਲਿਰਿਸਿਸਟ ਹੈ, ਇੱਕ ਮੇਰੇ ਭਰਾ ਸ਼ਾਇਦ ਕੈਨੇਡਾ ਦੇ ਨੇ, 4-5 ਮੁੰਡੇ ਇਕੱਠੇ ਹੋ ਕੇ ਟਰੈਕ ਰੈਡੀ ਕਰ ਰਹੇ ਨੇ, ਸੋ ਉਮੀਦ ਕਰਦਾ ਵੀ ਘੈਂਟ ਕਰਨਗੇ, ਹੁਣ ਆਪਾਂ ਵਾਪਸ ਆਏ ਨੇ ਮੁੰਡੇ ਜੱਟ ਦੇ ਉੱਤੇ, ਠੀਕ ਆ, ਇਦਾਂ ਹੀ ਜਿੱਦਾਂ ਸ਼ੇਅਰ ਕਰੀ ਜਾਂਦੇ ਹੋ ਮਤਲਬ ਦੱਬੀ ਰੱਖੋ ਖੜਾ ਕਰਾਂ ਚੱਕ ਦੇਣੇ ਫਟੇ ਚੱਕ ਦੇਣੇ। ਇਹ ਗਾਣਾ ਪਤਾ ਮੈਂ ਕਦੋਂ ਸੁਣਿਆ ਸੀਗਾ, ਇਹ ਸੁਣਿਆ ਸੀ ਕੌਰਬੀ ਜੀ ਦੇ ਬ੍ਰਦਰ ਦੇ ਵਿਆਹ ਦੇ ਉੱਤੇ, ਤੁਸੀਂ ਆਏ ਸੀ? ਹਾਂ 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 ਮੈਂ ਸੀਗਾ ਉੱਥੇ, ਮੈਂ ਉਹਦੀ ਲਾਈਵ ਵੀਡੀਓ ਦੇਖੀ ਸੀ, ਲਾਈਵ ਵੀਡੀਓ ਦੇਖੀ, ਹਾਂ ਲਾਈਵ ਵੀ ਦੇਖੀ ਸੀ, ਤੇ ਆਪਣਾ ਆਪਣਾ ਕੀ ਕਹਿੰਦੇ ਨੇ ਸਪੀਡ ਰੈਕਰਡ ਤੋਂ ਗਾਣਾ ਹੈ ਜੀ ਸਾਡਾ, ਤੇ ਸਾਡਾ ਇੱਕ ਲਾਇਸੈਂਸ ਗਾਣਾ ਆ ਰਿਹਾ ਨਿੰਜੇ ਦਾ ਜੀ, ਮਨਕਿਰਤ ਦਾ ਗਾਣਾ ਕੁਵਾਰੀ ਆ ਰਿਹਾ, ਉਹ ਦੋਨੋਂ ਗਾਣੇ ਵੀ ਸਪੀਡ ਰੈਕਰਡ ਤੋਂ ਆ ਰਹੇ ਨੇ, ਤੇ ਕੌਰਬੀ ਜੀ ਦਾ ਵੀ ਗਾਣਾ ਆ ਰਿਹਾ ਜੀ, ਉਹ ਵੀ ਸਪੀਡ ਰੈਕਰਡ ਤੋਂ ਆ ਰਿਹਾ, ਸੋ ਪਲੀਜ਼ ਕੀਪ ਐਨ ਆਈ ਆਊਟ, ਪਲੀਜ਼ ਕੀਪ ਸਪੋਰਟਿੰਗ, ਤੇ ਕੋਈ ਨਵੀਂ ਦਾ ਜੀ ਗੁਰਜੈ ਗੱਲਬਾਤ ਕਰ ਯਾਰ ਸਾਰਿਆਂ ਨਾਲ, ਨਾਲ ਸਾਡੇ ਪਾਵਲਾ ਵੀਰਾ, ਪਾਵਲ ਵੀਰੇ, ਪਾਵਲ ਦਾ ਧਿਆਨ ਉੱਧਰ, ਮੈਂ ਜੀ ਪਾਵਲ ਸਾਡਾ ਜੀ ਮਿਸਟਰ ਪੰਜਾਬ ਨੇ ਭਾਰੀ, ਮੈਨੂੰ ਟ੍ਰੇਨ ਵੀ ਕਰਦੇ ਨੇ ਬਾਈ ਦਾ ਡੌਲਾ ਪੂਰਾ ਘੈਂਟ, ਗੱਲਬਾਤ ਮੇਰਾ ਵੈਸੇ ਘੈਂਟ ਹੀ ਆ, ਮਾਰੀ ਸਪੀਡ ਰੈਕਰ ਸੀ ਸਾਰੀ ਟੀਮ ਦਾ, ਬਹੁਤ ਬਹੁਤ ਥੈਂਕ ਯੂ ਦਿਨੇਸ਼ ਬਾਈ ਜੀ ਦਾ, ਸੋਨੂੰ ਭਾਜੀ ਦਾ ਜਿਨ੍ਹਾਂ ਨੇ ਸਾਡੇ ਦੋਨਾਂ ਤੇ ਯਕੀਨ ਕੀਤਾ ਤੇ ਸਾਨੂੰ ਇੰਨਾ ਖੂਬਸੂਰਤ ਕੰਮ ਕਰਨ ਦਾ ਮੌਕਾ ਮਿਲਿਆ, ਤੇ ਤੁਹਾਨੂੰ ਉਨੀ ਹੀ ਖੂਬਸੂਰਤੀ ਨਾਲ ਸਾਡਾ ਗਾਣਾ ਖੂਬਸੂਰਤ ਲੱਗਿਆ, ਬੜੇ ਸ਼ੁਕਰਗੁਜ਼ਾਰ ਹਾਂ ਸਾਨੂੰ ਨਿਮਾਣੇ ਜੇ ਕਲਾਕਾਰਾਂ ਨੂੰ ਦੋਨਾਂ ਨੂੰ, ਮੈਂ ਜ਼ਿਆਦਾ ਨਿਮਾਣਾ ਥੋੜਾ ਜਿਹਾ, ਇੰਨਾ ਮਾਣ ਬਖਸ਼ਿਆ, ਸੋ ਮੈਂ ਵੀ ਨਿਮਾਣਾ ਹੀ ਹਾਂ, ਮੈਨੂੰ ਵੀ ਮਾਣ ਬਖਸ਼ਿਆ, ਬਹੁਤ ਬਹੁਤ ਧੰਨਵਾਦ, ਤੇ ਜਿਹੜਾ ਤੁਸੀਂ ਮਾਣ ਕੀ ਕਹਿੰਦੇ ਨੇ ਗਾਣੇ ਨੂੰ ਦੇ ਰਹੇ ਹੋ, ਇੰਨਾ ਪਿਆਰ ਕਰ ਰਹੇ ਹੋ, ਤੇ ਕੁੜੀਆਂ ਵੀ ਬਹੁਤ ਇੰਜੋਏ ਕਰ ਰਹੀਆਂ ਨੇ ਗਾਣੇ ਨੂੰ, ਹਨਾ ਬਹੁਤ ਜ਼ਿਆਦਾ ਕਰ ਰਹੀਆਂ, ਮੇਰਾ ਪਹਿਲਾ ਗਾਣਾ ਹੋਊਗਾ ਜਿਹਨੂੰ ਕੁੜੀਆਂ ਜ਼ਿਆਦਾ ਸ਼ੇਅਰ ਕਰ ਰਹੀਆਂ ਨੇ ਮੈਸੇਜ,
ਕੁੜੀਆਂ ਦੇ ਜ਼ਿਆਦਾ ਆ ਰਹੇ ਠੀਕ ਆ ਸੋ ਕੁੜੀਓ ਤੁਹਾਡੇ ਲਈ ਕੀਤਾ ਸੀ ਸਪੈਸ਼ਲ ਗਾਣਾ ਐਂ ਕਹਿ ਦਿੰਦਾ ਮਲੇ ਮੁੰਡਿਆਂ ਲਈ ਵੀ ਕੀਤਾ ਸੀਗਾ ਤੁਸੀਂ ਵੀ ਬਸ ਸ਼ੇਅਰ ਕਰੀ ਚੱਲੋ ਹੈ ਜਿਹੜਾ ਬੰਦਾ ਸ਼ੇਅਰ ਕਰ ਰਿਹਾ ਤੇ ਹੋਰ ਚੱਲ ਰਿਹਾ ਕਿ ਖੜ ਗਿਆ ਚੱਲੀ ਜਾਂਦਾ ਗੁਰਜਾਜ ਕੀ ਕਹਿੰਦੇ ਕਰੀਏ ਫਿਰ ਇਹਨੂੰ ਰੈਪ ਰੈਪ ਹਾਂਜੀ ਆ ਯਾਰ ਘੈਂਟ ਕੰਮ ਹੋ ਗਿਆ ਦੇਖਣਾ ਸਾਰੇ ਜਣਾਂ ਦੇ ਉਹ ਰਿਐਕਸ਼ਨ ਹਾਰਟ ਦਿਲ ਦੁਲ ਪੂਰਾ ਘੈਂਟ ਕੰਮ ਹੋ ਗਿਆ ਅੱਛਾ ਵੀਰੇ ਪਰ ਉਹ ਇਹ ਖੜ ਗਏ ਥੱਲੇ ਕਮੈਂਟ ਮੈਂ ਵੀ ਖਾਂ ਥੱਲੇ ਕਮੈਂਟ ਨਹੀਂ ਆ ਰਹੇ ਲਓ ਜੀ ਐਨੀਵੇਜ਼ ਆਪਣਾ ਹਿਮਾਂਸ਼ੂ ਵੀਰਾ ਮਨਜੋਤ ਜੱਜ ਜੀ ਸੁਖਜੋਤ ਕੌਰ ਜੀ ਦੀਪ ਬਾਜਵਾ ਜੀ ਰਾਫੀ ਠਾਕੁਰ ਅਤੇ ਯੂ ਵੀ ਸਾਹਿਬ ਅਤੇ ਆਪਣੇ ਪ੍ਰਭ ਸਿੰਘ ਜੀ ਸਾਰੇ ਜਾਣੇ ਥੈਂਕ ਯੂ ਸੋ ਮੱਚ ਕੀਪ ਸਪੋਰਟਿੰਗ ਕੀਪ ਲਵਿੰਗ ਅਤੇ ਹੋਰ ਨਵੇਂ ਗਾਣੇ ਲੈ ਕੇ ਆ ਰਿਹਾ ਕਾਫੀ ਸਾਰੇ ਤੁਹਾਡੇ ਕੀ ਕਹਿੰਦੇ ਨੇ ਤੁਹਾਡੇ ਕਟਹਿਰੇ 'ਚ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਣਗੇ ਤੁਸੀਂ ਐਵੇਂ ਸ਼ੇਅਰ ਕਰਦੇ ਰਹੋਗੇ ਅੱਗੇ ਵੀ ਕਰਦੇ ਰਹੋ ਸੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਤੇ ਗੁਰਜੈਜ਼ ਵੱਲੋਂ ਪਾਵਲੇ ਵੀਰੇ ਵੱਲੋਂ ਕੀਪ ਸ਼ੇਅਰਿੰਗ ਕੀਪ ਸਪੋਰਟਿੰਗ ਗੋਡ ਬਲੈਸ